ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਯੂਟਿਊਬ ਚੈਨਲ 'ਤੇ ਸਵਾਗਤ ਹੈ ਜੀ। ਅਤੇ ਅੱਜ ਜੋ ਪੱਗ ਦੀ ਵੀਡੀਓ ਲੈ ਕੇ ਆਏ ਜੀ, ਜਿਸ ਤਰ੍ਹਾਂ ਕਿ ਸਤਿੰਦਰ ਸਰਤਾਜ ਜੋ ਕਿ ਉਹਨਾਂ ਦੇ ਪੱਗ ਬੰਨੀ ਹੁੰਦੀ ਆ, ਬਲਾਂ ਵਾਲੀ ਪੱਗ ਹੁੰਦੀ ਆ, ਸੈਮੀ ਪਟਿਆਲਾ ਸ਼ਾਹੀ ਸ਼ੇਪ ਦੇ ਵਿੱਚ ਉਹਦੀ ਵੀਡੀਓ ਲੈ ਕੇ ਆਏ ਹਾਂ। ਹੁਣ ਤੱਕ ਜਿੰਨੀਆਂ ਸਾਰੀਆਂ ਵੀਡੀਓ ਨੇ ਤਰੀਕਾ ਸੇਮ ਉਹਨਾਂ ਦੇ ਉਹੀ ਆ, ਸੇਮ ਤਰੀਕੇ ਨਾਲ ਵਲ ਪਾਉਣੇ ਆ, ਜੋ ਆਹ ਲੜਾਂ ਵਾਲੇ ਪਾਸਿਓਂ ਪਹਿਲਾਂ ਲੜ ਰੱਖਣਾ, ਪਟਿਆਲਾ ਸ਼ਾਹੀ ਵਾਂਗੂ ਉੱਪਰ ਨਹੀਂ ਰੱਖਣਾ, ਮੋਰਨੀ ਵਾਂਗੂ ਥੱਲੇ ਰੱਖਣਾ, ਵਿਚਾਲੇ ਜੇ ਰੱਖ ਲੈਣਾ ਸੈਮੀ 'ਚ, ਜਿਸ ਤਰ੍ਹਾਂ ਸੈਮੀ ਪਟਿਆਲਾ 'ਚ ਰੱਖਦੇ ਹਾਂ। ਵਲ ਪਾਉਣ ਦਾ ਜੋ ਤਰੀਕਾ ਬਿਲਕੁਲ ਪਹਿਲਾਂ ਨਹੀਂ ਆ, ਪੱਗ ਨੂੰ ਜੋ ਪਾਣੀ ਆ ਉਹ ਬਿਲਕੁਲ ਥੋੜ੍ਹਾ ਜਿਹਾ ਲਗਾਇਆ ਹੋਇਆ, ਅਗਲਾ ਲੜ ਜੋ ਪਹਿਲਾਂ ਲੜ ਲਗਾ ਉਹਦੇ ਬਿਲਕੁਲ ਨਾਲ ਹੀ ਲਗਾ ਦੇਣਾ, ਹਲਕਾ ਜਿਹਾ ਥੱਲੇ ਰੱਖ ਕੇ। ਉਸ ਤੋਂ ਬਾਅਦ ਜੋ ਬਲ ਪਾਉਣੇ ਆ ਉਹ ਬਿਲਕੁਲ ਜਿੰਨੀਆਂ ਵੀਡੀਓ ਹੁਣ ਤੱਕ ਨੇ ਸਾਰੇ ਤਰੀਕਾ ਸੇਮ ਵਰਤਿਆ ਗਿਆ। ਪੱਗ ਦੀ ਜੋ ਲੈਂਥ ਆ 7 ਮੀਟਰ, ਅਤੇ ਜੋ ਇਹ ਵਾਲੀ ਪੱਗ ਨੂੰ ਤੁਸੀਂ 5 ਵੇਚਣ ਵਾਲੀ ਪੱਗ ਜੋ ਕਿ 5.5 ਜਾਂ 5.25 ਮੀਟਰ ਬੰਨ ਸਕਦੇ ਹੋ, ਜਿਨ੍ਹਾਂ ਦੇ ਜੋ ਰੂਬੀਆ ਬੰਨਦੇ ਆ 6 ਜਾਂ 6.5 ਵੀ ਬੰਨ ਸਕਦੇ ਆ, ਅਤੇ 6 ਲੜਾਂ ਵਾਲੀ ਲਈ ਘੱਟੋ ਘੱਟ 7 ਮੀਟਰ, ਅਤੇ ਉਸ ਤੋਂ ਵੱਧ 7.5 ਅਤੇ 8 ਤੱਕ ਜਿੰਨੀ ਅਕੋਰਡਿੰਗ ਤੁਹਾਡੇ ਸਿਰ 'ਤੇ ਤੁਸੀਂ ਬੰਨ ਸਕਦੇ ਹੋ। ਪੱਗ ਦੀ ਜੋ ਸੈਂਟਰ 'ਚ ਜਿੱਥੇ ਆਪਾਂ ਲੜ ਰੱਖਦੇ ਹਾਂ ਜਿਹਨੂੰ ਨੋਕ ਬੋਲਦੇ ਹਾਂ, ਉਹਨੂੰ ਬਿਲਕੁਲ ਘੁੱਟ ਕੇ ਥੱਲੇ ਵੱਲ ਨੂੰ ਰੱਖਣਾ, ਅਗਲਾ ਲੜ ਲੜਾਂ ਵਾਲੇ ਪਾਸਿਓਂ ਬਿਲਕੁਲ ਉੱਤੋਂ ਜੇ ਲਗਾ ਦੇਣਾ, ਥੋੜ੍ਹਾ ਜਿਹਾ ਬਿਲਕੁਲ ਥੱਲੇ ਲਿਆਉਣਾ, ਜਿਸ ਤਰ੍ਹਾਂ ਦੀ ਪੂਣੀ ਹੈ ਉਹਨੂੰ ਬਿਨਾਂ ਸਫਾਈ ਕੀਤੇ ਸਿੰਪਲੀ ਲਗਾ ਦੇਣਾ ਹੈ। ਸੈਂਟਰ ਦੇ ਵਿੱਚੋਂ ਜੇ ਨੋਕ ਉਹਨੂੰ ਫੜ ਕੇ ਬਿਲਕੁਲ ਥੱਲੇ ਵੱਲ ਨੂੰ ਮਰੋੜ ਦੇਣਾ, ਇਹਦੇ ਨਾਲ ਜੋ ਸੈਂਟਰ ਦੇ ਵਿੱਚੋਂ ਪੱਗ ਦੀ ਸ਼ੇਪ ਉਹ ਥੱਲੇ ਨੂੰ ਆ ਜਾਵੇਗੀ, ਅਤੇ ਪਟਿਆਲਾ ਸ਼ਾਹੀ ਦੇ ਵਾਂਗ ਬਣਾਈ ਹੋਣ ਕਰਕੇ ਸਾਈਡਾਂ ਤੋਂ ਉਹ ਜਿਸ ਤਰ੍ਹਾਂ ਕਿ ਸਰਤਾਜ ਸਤਿੰਦਰ ਸਰਤਾਜ ਦੀ ਉਹ ਪੱਗ ਦੀ ਸ਼ੇਪ ਹੁੰਦੀ ਆ ਉਹ ਸ਼ੇਪ ਆ ਜੂਗੀ ਇਹਦੀ। 5 ਪੇਚਾਂ ਵਾਲੀ ਪੱਗ ਵੀ ਇਹਦੇ ਲਈ ਤੁਸੀਂ ਉਹ ਕਰ ਸਕਦੇ ਹੋ, ਇਹਦੇ ਲਈ ਜੋ 50 ਆ ਤੁਸੀਂ ਲਗਾ ਵੀ ਸਕਦੇ ਹੋ, ਨਹੀਂ ਵੀ ਲਗਾ ਸਕਦੇ। ਅਤੇ ਇਹ ਜੋ ਪੱਗ ਹੈ ਇਹਨੂੰ ਪਾਣੀ ਬਿਲਕੁਲ ਹੀ ਥੋੜ੍ਹਾ ਲਗਾਇਆ ਹੋਇਆ ਹੈ, ਅੱਧ ਨੂੰ ਜ਼ਿਆਦਾ ਪੱਗ ਜੋ ਸੁੱਕੀ ਰੱਖੀ ਗਈ ਆ। ਜੋ ਵੀਰ ਕਹਿ ਰਹੇ ਸੀ ਵੀ ਇਹਦੇ ਨਾਲ ਦੀ ਵੀਡੀਓ ਪਾਓ, ਅਤੇ ਅੱਜ ਉਹ ਵੀਡੀਓ ਆ ਜੋ ਲੈ ਕੇ ਆਏ ਹਾਂ ਜੀ। ਜੋ ਬਲ ਪਾਏ ਹੋਏ ਨੇ ਪੇਚਾਂ ਦੇ ਵਿੱਚ ਇਹਨਾਂ ਨੂੰ ਨੇੜੇ ਨੇੜੇ ਜੋ ਕਰਕੇ ਪੇਚਾਂ ਨੂੰ ਦੇ ਵਿੱਚ ਜੋ ਬਲ ਨੇ ਉਹਨਾਂ ਨੂੰ ਜ਼ਿਆਦਾ ਥੋੜ੍ਹਾ ਜਿਹਾ ਹੋਰ ਵਧਾ ਦੇਣਾ, ਜਿੱਥੋਂ ਇਹਦੇ ਨਾਲ ਨੇੜੇ ਨੇੜੇ ਕਰਨ ਨਾਲ ਜਿੱਥੇ ਕਿਤੇ ਬਲ ਪਾਉਣੇ ਰਹਿ ਜਾਂਦੇ ਆ ਉਹ ਜਗ੍ਹਾ ਕਵਰ ਹੋ ਜਾਂਦੀ ਆ, ਅਤੇ ਉਹ ਦੇਖਣ ਨੂੰ ਵਧੀਆ ਲੱਗਦੇ ਆ। ਜਿਹੜੇ ਵੀਰਾਂ ਦੇ ਬਲ ਘੱਟ ਪੈਂਦੇ ਆ ਤਰੀਕਾ ਅਪਣਾ ਕੇ ਜੋ ਬਲ ਨੇ ਉਹ ਬਿਲਕੁਲ ਨੇੜੇ ਲਿਆ ਸਕਦੇ ਨੇ, ਅਤੇ ਸੈਂਟਰ ਦੇ ਵਿੱਚ ਉਹੀ ਆ ਉਹਨੂੰ ਖਿੱਚ ਘੁੱਟ ਕੇ ਥੋੜ੍ਹਾ ਜਿਹਾ ਥੱਲੇ ਵੱਲ ਨੂੰ ਘੁਮਾ ਲੈਣਾ। ਲਾਸਟ ਲੜ ਇਹ ਦੋ ਤਰੀਕੇ ਨਾਲ ਲਗਾ ਸਕਦੇ ਆਪਾਂ,
ਜਿਸ ਤਰ੍ਹਾਂ ਕਿ ਮੋੜ ਕੇ ਉਸ ਤੋਂ ਬਾਅਦ ਬਿਲਕੁਲ ਸਿੱਧਾ ਜਿਵੇਂ ਹੈ ਉਸ ਤਰ੍ਹਾਂ ਵੀ ਲਗਾ ਸਕਦੇ ਹਾਂ, ਅਤੇ ਉਹਨੂੰ ਸੈਂਟਰ ਦੇ ਬਿਲਕੁਲ ਨੇੜੇ ਲਿਆ ਕੇ ਹਲਕਾ ਜਿਹਾ ਪਤਲਾ ਕਰਕੇ ਵੀ ਲਗਾ ਸਕਦੇ ਹਾਂ। ਤੁਹਾਡੇ ਡਿਪੈਂਡ ਕਰਦਾ ਜਿੰਨਾ ਕਿ ਤੁਹਾਨੂੰ ਸਹੀ ਲੱਗਦਾ ਉਸ ਅਕੋਰਡਿੰਗ ਤੁਸੀਂ ਲਗਾ ਸਕਦੇ ਹੋ। ਅਤੇ ਬੈਕ ਸਾਈਡ ਤੋਂ ਪੱਗ ਨੀਵੀਂ ਰੱਖਣਾ ਚਾਹੁੰਦੇ ਹੋ ਤੁਸੀਂ ਆਪਦੇ ਅਕੋਰਡਿੰਗ ਉਹ ਵੀ ਰੱਖ ਸਕਦੇ ਹੋ, ਜਿਸ ਤਰ੍ਹਾਂ ਕਿ ਅੱਖਾਂ ਤੋਂ ਲੈ ਕੇ ਗਲ ਤੱਕ ਅਤੇ ਬੈਕ ਸਾਈਡ ਤੱਕ ਪੱਗ ਬਿਲਕੁਲ ਨੀਵੀਂ ਰੱਖਣਾ ਚਾਹੁੰਦੇ ਹੋ ਉਹ ਤੁਸੀਂ ਰੱਖ ਸਕਦੇ ਹੋ, ਅਕੋਰਡਿੰਗ ਟੂ ਤੁਹਾਡੇ ਸਟਾਈਲ 'ਤੇ ਜਿੱਦਾਂ ਤੁਹਾਡਾ ਹੱਥ ਟਿਕਿਆ ਉਸ ਹਿਸਾਬ ਨਾਲ ਤੁਸੀਂ ਕਰ ਸਕਦੇ ਹੋ। ਜੋ ਸਿਰ ਢੱਕਣਾ ਉਹਦੇ ਲਈ ਜੋ ਪਹਿਲਾਂ ਲਗਾਇਆ ਸੀ ਆਪਾਂ ਲੜ ਸਾਰਿਆਂ ਨੂੰ, ਉਹਨੂੰ ਉੱਪਰ ਵੱਲ ਨੂੰ ਖਿੱਚ ਕੇ ਖੋਲ੍ਹ ਕੇ ਦੋਨਾਂ ਸਾਈਡਾਂ ਤੋਂ ਬਾਜ ਦੀ ਮਦਦ ਦੇ ਨਾਲ ਜੋ ਕਿ ਅੰਦਰ ਵੱਲ ਨੂੰ ਦੋਨਾਂ ਸਾਈਡਾਂ ਤੋਂ ਢੱਕ ਦੇਣਾ। ਅਤੇ ਜੋ ਪਿਛਲਾ ਲੜਾ ਹੈ ਉਹਨੂੰ ਖਿੱਚ ਕੇ ਦੋਨਾਂ ਹੈਡਾਂ ਤੋਂ ਅੰਦਰ ਨੂੰ ਹੋਲਡ ਕਰਕੇ ਉਹ ਲਗਾ ਦੇਣਾ ਹੈ। ਬਿਲਕੁਲ, ਇਹ ਦੇਖਿਆ ਜਾਵੇ ਤਾਂ ਇੱਕ ਤਰ੍ਹਾਂ ਦਾ ਜਿਸ ਤਰ੍ਹਾਂ ਆਪਾਂ ਸਿੰਪਲ ਲਪੇਟੇ ਮਾਰਦੇ ਹਾਂ ਉਸ ਤਰ੍ਹਾਂ ਜੋ ਪੱਗ ਦੀ ਬਨਾਵਟ ਆ ਜੀ ਬਾਕੀ ਜਲਦੀ ਨਵੀਂ ਵੀਡੀਓ ਲੈ ਕੇ ਨਵੇਂ ਸਟਾਈਲ ਦੇ ਵਿੱਚ ਜਲਦੀ ਹਾਜ਼ਰ ਹੋਵਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।